ਅੰਮ੍ਰਿਤਸਰ ਐਸਟੀਐਫ ਨੇ 6.5 ਕਿਲੋ ਅਫੀਮ ਦੇ ਨਾਲ ਬਲਕਾਰ ਸਿੰਘ ਨਾਮਕ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਆਰੋਪੀ ਕੋਲੋਂ 1,29,000 ਡਰੱਗ ਮਨੀ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਐਸਟੀਐਫ ਨੇ ਸੁਲਤਾਨਵਿੰਡ ਏਰੀਏ 'ਚ ਗੁਪਤ ਸੂਚਨਾ ਦੇ ਆਧਾਰ 'ਤੇ ਨਾਕੇਬੰਦੀ ਦੌਰਾਨ ਬਲਕਾਰ ਸਿੰਘ ਨੂੰ ਕਾਬੂ ਕੀਤਾ, ਜਿਸ ਪਾਸੋਂ ਮੌਕੇ 'ਤੇ 1.5 ਕਿਲੋ ਅਫੀਮ ਬਰਾਮਦ ਹੋਈ ਸੀ। ਪੁਲਿਸ ਨੇ ਜਦੋਂ ਸਖ਼ਤੀ ਨਾਲ ਪੁੱਛਿਆ ਤਾਂ ਉਸ ਦੇ ਘਰ ਤੋਂ 5 ਕਿਲੋ ਅਫੀਮ ਹੋਰ ਬਰਾਮਦ ਹੋਈ। ਪੁਲਿਸ ਮੁਤਾਬਿਕ ਬਲਕਾਰ ਸਿੰਘ ਦੁੱਧ ਦੀ ਡੇਅਰੀ ਦੀ ਆੜ ਵਿੱਚ ਅਫੀਮ ਦੀ ਤਸਕਰੀ ਕਰਦਾ ਸੀ। ਬਲਕਾਰ ਸਿੰਘ ਨਾਮ ਦਾ ਆਦਮੀ ਜਿਹੜਾ ਹੈ ਉਹ ਪਕੜਿਆ ਸੀ ਔਰ ਉਹਦੇ ਕੋਲੋਂ ਕੁੱਲ ਜਿਹੜੀ ਹੈ 6 ਕਿਲੋ 500 ਗ੍ਰਾਮ ਓਪੀਐਮ ਜਿਹੜੀ ਰਿਕਵਰ ਹੋਈ ਹੈ, ਜਿਹੜੀ ਕਿ ਇਹਦੇ ਮੁਤਾਬਕ ਕੁਆਲਿਟੀ ਵਾਈਜ਼ 1 ਨੰਬਰ ਦੀ ਕੁਆਲਿਟੀ ਹੋਈ ਹੈ। ਔਰ ਇਹਦੇ ਨਾਲ ਅਸੀਂ ਉਹਦੇ ਕੋਲ 1,29,000 ਸਮਥਿੰਗ ਜਿਹੜੀ ਆ ਡਰੱਗ ਮਨੀ ਆ ਉਹ ਰਿਕਵਰ ਕੀਤੀ ਹੈ। ਇਹਦੇ ਨਾਲ ਉਹਦੀ ਸਕੇਲ ਜਿਹੜੀ ਸੀ ਜਿਹਦੇ ਨਾਲ ਤੋਲ ਕੇ ਦਿੰਦਾ ਸੀ ਫਾਈਲ ਪੇਪਰ ਨੇ, ਇਸ ਤਰ੍ਹਾਂ ਉਹ ਚੀਜ਼ਾਂ ਲੱਗੀਆਂ ਦੇ ਨਾਲ ਬਰਾਮਦ ਕੀਤੀਆਂ। ਸੋ ਇਹ ਇੱਕ ਅੰਮ੍ਰਿਤਸਰ ਔਰ ਆਲ ਅਰਾਊਂਡ ਏਰੀਏ ਦਾ ਪੰਜਾਬ ਦੇ ਵਿੱਚ ਇਹ ਕਾਫੀ ਦੇਰ ਦਾ 5-6 ਸਾਲ ਤੋਂ ਐਕਟਿਵ ਸੀ ਬੰਦਾ ਔਰ ਕਾਫੀ ਮਸ਼ਹੂਰ ਬੰਦਾ ਸੀ। ਇਹਦੇ ਬਾਰੇ ਆਮ ਤੌਰ 'ਤੇ ਮਤਲਬ ਕਾਫੀ ਮਸ਼ਹੂਰੀ ਸੀ ਕਿ ਇੱਥੇ ਕਰਦਾ, ਪਰ ਉਹਦੀ ਜਿਹੜੀ ਮੋਡਸ ਪਰੈਂਡੀ ਸੀ ਸੇਲ ਦੀ ਉਹ ਬੜੀ ਸੀ ਇਹੋ ਜਿਹੀ ਵੀ ਜਿਹਦੇ ਨਾਲ ਉਹਨੂੰ ਪਕੜਨਾ ਇੰਨਾ ਸੌਖਾ ਨਹੀਂ ਸੀ। ਇਹ ਹੁਣ ਤੱਕ ਤਾਂ ਇਹਦਾ ਜਿਹੜਾ ਹੈ ਉਹ ਐਮ ਪੀ ਦਾ ਅਤੇ ਮੱਧ ਪ੍ਰਦੇਸ਼ ਦਾ ਉਹਦਾ ਇਹਨੇ ਡਿਸਕਲੋਜ਼ ਕੀਤਾ, ਬਾਕੀ ਰਾਜਸਥਾਨ ਤੋਂ ਜਿਹੜੀ ਸਟੇਟ ਦੇ ਵਿੱਚ ਇਹਦੀ ਪ੍ਰੋਡਕਸ਼ਨ ਹੁੰਦੀ ਹੈ। ਔਰ ਜਿਹੜਾ ਜ਼ਰੀਆ ਸੀ ਇਹਦਾ ਜਿਹੜਾ ਸੋਰਸ ਸੀ ਉਹ ਬਜ਼ਰੀਆ ਰੇਲ ਜਾਂ ਬਜ਼ਰੀਆ ਕਾਰ ਉਹ ਲੈ ਕੇ ਆਉਂਦੇ ਸੀ। ਹਾਂ, ਉਹਨਾਂ 'ਚੋਂ ਕੁਝ ਬੰਦਿਆਂ ਦੀ ਸ਼ਨਾਖਤ ਹੋਈ ਹੈ ਔਰ ਅਸੀਂ ਉਹ ਬਾਈ ਨੇਮ ਜਿਹੜਾ ਹੈਗਾ ਉਹਨਾਂ ਨੂੰ ਨੋਮੀਨੇਟ ਕੀਤਾ ਔਰ ਉਹਨਾਂ ਨੂੰ ਬਾਅਦ 'ਚ ਆਪਾਂ ਅਰੈਸਟ ਕਰਾਂਗੇ ਔਰ ਅਰੈਸਟ ਕਰਕੇ ਅਗਲੀ ਕਾਰਵਾਈ ਹੋਣੀ ਚਾਹੀਦੀ। ਇੱਕ ਜਿਹੜਾ ਹੈਗਾ ਆਈ ਸੀ ਪੀ ਤੋਂ ਬਹੁਤ ਵੱਡੀ ਕੰਸਾਈਨਮੈਂਟ ਜਿਹੜੀ ਆ ਕਰੀ ਗਈ ਹੈ, ਲੱਗਦਾ ਡਰੱਗ ਦੇ ਨਾਲ ਨਾਲ ਟੈਰਰ ਵੀ ਉਹਦੇ ਵਿੱਚ ਹੈ, ਕਿਉਂਕਿ ਤੁਸੀਂ ਵੀ ਪੁੱਛਤਾਛ ਕੀਤੀ ਹੋਏਗੀ ਟੈਰਰ ਐਂਗਲ ਆਉਂਦਾ ਉਹਦੇ ਨਾਲ ਅੱਤਵਾਦੀਆਂ ਦਾ ਜਾਂ ਕੁਛ ਹੋਰ ਐਂਗਲ ਤੋਂ ਵੀ ਇਨਵੈਸਟੀਗੇਸ਼ਨ ਹੋ ਰਹੀ ਹੈ। ਨਹੀਂ ਸਰ, ਇਹ ਹਾਲੇ ਤੱਕ ਆਈ ਸੀ ਉਹਦੇ 'ਚ, ਮੈਂ ਤਾਂ ਨਹੀਂ ਕੋਈ ਇਹੋ ਜਿਹੀ ਕੋਈ ਉਹਦੇ 'ਤੇ ਕੋਈ ਪੁੱਛਗਿੱਛ ਜਾਂ ਇਨਵੈਸਟੀਗੇਸ਼ਨ ਜਾਂ ਇਹੋ ਜਿਹੀ ਕੀਤੀ, ਉਹ ਕਿਉਂਕਿ ਉਹ ਸੈਪਰੇਟ ਮਸਲਾ ਉਹਨਾਂ ਦਾ ਕਸਟਮ ਡਿਪਾਰਟਮੈਂਟ ਦਾ ਹੈਗਾ, ਉਹ ਕਸਟਮ ਡਿਪਾਰਟਮੈਂਟ ਨੇ ਸਾਰੇ ਉੱਤੇ ਕਰ ਦਿੱਤੇ। ਬੀਇੰਗ ਅ ਸਿਕਿਉਰਿਟੀ ਏਜੰਸੀ, ਤੁਹਾਨੂੰ ਕੀ ਲੱਗਦਾ ਕਿ ਵਾਕਈ ਸਿਰਫ ਡਰੱਗ ਦਾ ਹੀ ਉਹਦੇ 'ਚ ਟ੍ਰੇਡ ਸੀ ਜਾਂ ਉਹਦੇ ਵਿੱਚ ਹੋ ਸਕਦਾ ਟੈਰਰ ਐਂਗਲ ਵੀ ਹੋਵੇ, ਉਹਨੂੰ ਲੈ ਕੇ ਵੀ ਐਸਟੀਐਫ ਕੁਛ ਆਪਣੀ ਕਰ ਰਹੀ ਹੈ ਕਾਰਵਾਈ ਜਾਂ ਹੋਰ ਜ਼ਿਆਦਾ ਮੁਸਤੈਦੀ ਵਧਾਈ ਗਈ ਹੈ? ਮੈਂ ਇਸ ਟਾਈਮ 'ਤੇ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰ ਸਕਦਾ ਕਿਉਂਕਿ ਇਹ ਸੈਂਟਰਲ ਏਜੰਸੀ ਆ, ਉਹਨਾਂ ਦੀ ਅਚੀਵਮੈਂਟ ਹੈ ਔਰ ਇੱਥੇ ਸਮਾਂਟਰ ਕਰਨ ਨਾਲ ਬਾਰੇ ਬਾਰੇ ਸਕਦਾ। ਫਿਲਹਾਲ ਐਸਟੀਐਫ ਨੇ ਆਰੋਪੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅੰਮ੍ਰਿਤਸਰ ਤੋਂ ਧਰਮਵੀਰ ਗਿੱਲ, ਖਬਰ ਹਰਪਲ ਇੰਡੀਆ ਦੇ।